ਅਸਲਾਮੁਅਲੈਕੁਮ ਜੀ ਭਾਈ ਜਾਨ, ਅਸੀਂ ਇਸ ਵੇਲੇ ਮੌਜੂਦ ਹਾਂ ਤੁਰਕੀ ਦੇ ਵਿੱਚ। ਇਹ ਤੁਸੀਂ ਦੇਖ ਸਕਦੇ ਹੋ, ਇਹ ਤੁਰਕੀ ਹੈ ਜੇ, ਇਹ ਮਸਜਿਦ ਇਸਲਾਮ ਹੈ ਸੁਲਤਾਨ ਚਿਫਲੀ ਦੀ। ਅਤੇ ਕੀ ਕਹਿੰਦੇ ਹਾਂ, ਅਸੀਂ ਆਏ ਜਨਾਬ, ਤੁਹਾਨੂੰ 3-1 ਮਹੀਨੇ ਹੋ ਗਏ ਨੇ ਤੁਰਕੀ ਜ਼ਲੀਲ ਹੁੰਦੇ ਹੋਏ। ਇਹ ਭਜਨ ਨੇ ਸਰਗੋਦੇ ਤੋਂ ਤਲਕ, ਇਹਨਾਂ ਦਾ ਨਾਂ ਅਸੀਂ ਨਹੀਂ ਦੱਸ ਸਕਦੇ, ਮੂੰਹ ਆਪਣਾ ਇੰਨਾ ਲੁਕਾਇਆ ਹੋਇਆ ਕਿਉਂਕਿ ਇਹ ਕੁਛ ਆਪਣੀ ਸ਼ਨਾਖਤ ਛੁਪਾਉਣਾ ਚਾਹ ਰਹੇ ਨੇ। ਇਹਨਾਂ ਇਹ ਸ਼ਰਮਿੰਦਾ ਨੇ ਕਿਉਂਕਿ ਪਿਛਲੇ 11 ਬਿਲੀਅਨ ਨੂੰ ਦੱਸ ਕੇ ਆਏ ਨੇ ਕਿ ਅਸੀਂ ਯੂਰਪ ਚੱਲੇ ਹਾਂ, ਅਤੇ ਲਾ ਕੇ ਡੰਕੀ ਆਏ ਨੇ ਸਾਡੇ ਸਾਰੇ ਅੱਕ, ਅਤੇ ਇਰਵਾਇਆ ਇਰਾਨ, ਇਰਾਨ ਨੂੰ ਤੁਰਕੀ ਆਏ ਹਾਂ। ਅਤੇ ਇਹ ਆਪਣੇ ਜ਼ਰਾ ਸਫ਼ਰ ਦਾ ਹਾਲ ਅਤੇ ਤੁਹਾਨੂੰ ਇੱਕ ਮਸ਼ਵਰਾ ਦੇਣਾ ਚਾਹੁੰਦੇ ਨੇ ਜਿਹੜੇ ਸਾਰੇ ਭਰਾ ਸਾਨੂੰ ਵੇਖ ਰਹੇ ਨੇ ਕਿ ਡੰਕੀ ਲਾਉਣੀ ਚਾਹੀਦੀ ਜਾਂ ਨਹੀਂ ਲਾਉਣੀ ਚਾਹੀਦੀ, ਪਾਕਿਸਤਾਨ ਚੰਗਾ ਜਾਂ ਪ੍ਰਦੇਸ਼ ਚੰਗਾ। ਅਤੇ ਇਹਨਾਂ ਦੇ ਜ਼ਰਾ ਤੁਸੀਂ ਵਿਊਜ਼ ਵੇਖੋ ਅਤੇ ਸੋਚਣਾ, ਫਿਰ ਉਸ ਤੋਂ ਬਾਅਦ ਡੰਕੀ ਲਾਉਣ ਤੋਂ ਪਹਿਲੇ ਇਹ ਸਾਰਿਆਂ ਨੂੰ ਵੇਖ ਕੇ ਜੀ ਭਜਨ। ਇੱਥੇ ਲੇਡੀਜ਼ ਵੀ ਵੇਖਦੇ ਨੇ ਇਹ ਭਜਨ। ਅਸਲਾਮੁਅਲੈਕੁਮ ਨਾਜ਼ਰੀਨ, ਜਨਾਬ ਡੰਕੀ ਦੇ ਸਤਾਵੇ ਲੋਕ ਤੁਹਾਡੇ ਸਾਹਮਣੇ ਬੈਠੇ ਨੇ। ਪਾਕਿਸਤਾਨ ਤੋਂ ਬਰਾਸਤਾ ਰੋਡ ਬਾਈ ਰੋਡ ਤੁਰਕੀ, ਉੱਚਾ ਉੱਚਾ ਇਰਾਨ, ਇਰਾਨ ਤੋਂ ਤੁਰਕੀ ਜਨਾਬ। ਸਾਨੂੰ ਇੱਥੇ ਰਹਿਣ ਦੀ ਕੋਈ ਜਗ੍ਹਾ ਨਹੀਂ ਮਿਲ ਰਹੀ, ਸਾਨੂੰ ਇੱਥੇ ਰੋਟੀ ਖਾਣ ਨੂੰ ਨਹੀਂ ਮਿਲ ਰਹੀ। ਅਸੀਂ ਜਨਾਬ ਇੱਥੇ ਥੱਕੇ ਵਤਨੇ ਹਾਂ, ਵੇਖ ਨਹੀਂ ਪਿਆ ਤੁਸਾਂ, ਅਸੀਂ ਮਸਜਿਦਾਂ ਕੋਲ ਬਹਿ ਕੇ ਗੁਜ਼ਾਰੇ ਪੈ ਕਰਨੇ ਹਾਂ। ਸੜਕ ਦੇ ਨਾਲ ਵੇਖ ਸਕਦੇ ਹੋ ਤੁਸਾਂ, ਇਹ ਸੜਕ ਹੈ ਜੀ। ਇਹ ਲਾਲਾ ਸਾਡਾ ਤੁਹਾਨੂੰ ਇਹ ਮਸ਼ਵਰਾ ਸੀ ਕਿ ਕਦੀ ਡੰਕੀ ਨਾ ਲਾਓ। ਕਿਉਂ, ਵਜ੍ਹਾ ਕਿਉਂ ਨਾ ਲਾਓ? ਇਹ ਕਿ ਜਿਹੜੇ ਤੁਸੀਂ ਲਾਲਾ ਇਤਨਾ ਖਰਚ ਕਰਕੇ ਯੂਰਪ ਜਾਣਾ ਚਾਹੁੰਦੇ ਹੋ, ਉਹ ਖਰਚ ਕਰਕੇ ਬੋਲ ਬੋਲ, ਜਿਹੜਾ ਤੁਸੀਂ ਯੂਰਪ ਜਾਣਾ ਚਾਹੁੰਦੇ ਹੋ ਇਹ ਖਰਚਾ ਕਰਕੇ ਤੁਸੀਂ ਸੋਹਣਾ ਆਪਣਾ ਪਾਕਿਸਤਾਨ ਬਿਜ਼ਨਸ ਸੈਟਲ ਕਰੋ, ਤੇ ਇਹ ਡੰਕੀ ਤੋਂ ਬਚੋ। ਸਾਡਾ ਤੁਹਾਨੂੰ ਇਹ ਮਸ਼ਵਰਾ ਸੀ। ਤੇ ਜ਼ਰਾ ਹਾਲਾਤ ਵਾਕਿਆਤ ਦੱਸਿਓ, ਤੁਹਾਨੂੰ ਇਰਾਨ ਵਿੱਚ ਕਿਵੇਂ ਲੈ ਕੇ ਆਏ ਨੇ? ਤੇ ਸਾਨੂੰ ਇਹ ਵੇਖ ਕੇ ਸਾਨੂੰ ਏਜੰਟ ਆਖਿਆ ਸੀ ਬਾਈ ਤੁਸਾਂ ਕੋਲ 2 ਘੰਟੇ ਟਰਾਇਆ ਹੋਇਆ ਸੀ, 1 ਘੰਟਾ ਕੋਇਟਾ, 1 ਘੰਟਾ ਬਲੋਚਿਸਤਾਨ ਵਾਲੀ ਪਹਾੜੀ ਤੇ 1 ਘੰਟਾ ਮਾਕੋ ਪਹਾੜੀ ਤੇ। ਲੇਕਿਨ ਸਾਨੂੰ ਤਾਂ ਇਹ ਨਹੀਂ ਲੱਗਿਆ ਅਸੀਂ ਪਾਕਿਸਤਾਨ ਤੁਰਕੀ ਤੱਕ ਪੈਦਲ ਹੀ ਆਏ। ਤੇ ਜਿਹੜਾ ਗੱਡੀਆਂ ਦਾ ਸਫ਼ਰ ਕੀਤਾ, ਮਾਸ਼ਾਅੱਲਾ, ਮਰਸੀਡੀਜ਼ ਤੇ ਵੋਲਵੋ ਗੱਡੀਆਂ ਦੇ ਵਿੱਚ ਬੈਠਿਆ ਬਾਈ ਬਾਈ ਬੰਦੇ, ਤੇ ਉਹਨਾਂ ਨੂੰ ਜ਼ਰਾ ਦੱਸੋ ਇੱਕ ਕਾਰ 'ਚ 22 ਬੰਦੇ ਪੂਰੇ ਕਿਵੇਂ ਕਰਦੇ ਹਨ? ਮਾਸ਼ਾਅੱਲਾ, 5 ਬੰਦੇ ਪਿਛਲੀ ਸੀਟ ਦੇ ਉੱਤੇ ਗੋਡੇ ਥੀਨੇ ਨਾਲ ਲਾ ਕੇ ਬੰਨੇ ਹੋਏ ਨੇ ਜੀ। ਹਾਂ, 5 ਬੰਦੇ ਉਹਦੇ ਅੱਗੇ ਜਿਹੜੀ ਖਾਲੀ ਜਗ੍ਹਾ ਜਿੱਥੇ ਪੈਰ ਰੱਖਣੇ ਹੋ ਉੱਥੇ ਬੰਨੇ ਨੇ, 2 ਬੰਦੇ ਉਹਨਾਂ ਦੇ ਉੱਤੇ ਲਟਾਉਂਦੇ ਨੇ। 3 ਬੰਦੇ ਸਾਡੇ ਨਾਲ, 3 ਬੰਦੇ ਲਟਾਏ, 3 ਬੰਦੇ ਉੱਤੇ ਲਟਾਉਂਦੇ ਨੇ, ਫਰੰਟ ਸੀਟ ਤੇ 3 ਬੰਦੇ, 3 ਬੰਦੇ ਅੱਗੇ ਫਰੰਟ ਸੀਟ ਤੇ ਬੰਨੇ ਨੇ, ਤੇ ਡਿੱਗੀਆਂ ਵਿੱਚ 4 ਬੰਦੇ ਡਿੱਗੀ 'ਚ ਹੋਣੇ ਨੇ, 5-5 ਵੀ ਸਨ। ਕਦੀ ਉਹਦੀ ਇੰਜ ਵੀ ਹੁੰਦਾ ਕਿ ਡਿੱਗੀ ਵਾਲਾ, ਜਰਾ ਕੋਈ ਹੋਵੇ ਤਾਂ 5 ਵੀ ਵਾੜ ਦੇ। ਡਿੱਗੀ ਵਾਲਾ ਸਟਾਈਲ ਜਰਾ ਦੱਸਣਾ ਵੇ, ਕਿਵੇਂ ਸਜਦੇ ਦੀ ਹਾਲਤ 'ਚ ਪਾਇਆ ਤੁਹਾਨੂੰ ਦੱਸ ਰਹੇ ਹਾਂ, ਇਮਾਨਦਾਰੀ ਨਾਲ ਦੱਸ ਰਹੇ ਹਾਂ। ਡਿੱਗੀ ਵਿੱਚ ਬੈਠ ਦਾ ਇਹ ਤਰੀਕਾਕਾਰ ਹੋਣਾ, ਇਹ ਵਾਲਾ ਤਰੀਕਾ ਜੇ, ਠੀਕ ਹੈ, ਇਹ ਤਰੀਕਾ ਵੀ ਹੈ ਤੇ ਸਜਦੇ ਵਾਲਾ ਤਰੀਕਾ ਵੀ ਹੈ। 3 ਬੰਦੇ ਇਸ ਤਰ੍ਹਾਂ ਅੱਗੇ ਸਜਦੇ 'ਚ ਪਾ ਦਿੰਦੇ ਨੇ, ਤੇ 2 ਬੰਦੇ ਇਸ ਤਰ੍ਹਾਂ ਜਿਸ ਤਰ੍ਹਾਂ ਭਾਜਨ ਨੂੰ ਪਾਇਆ ਹੁਣ ਵਿਖਾਇਆ, 2 ਬੰਦੇ ਪਿੱਛੇ ਹੁੰਦੇ ਨੇ, ਠੀਕ ਹੈ ਭਾਜਨ? ਤੇ ਕਮ ਅਜ਼ ਕਮ ਵੀ 5-5, 6-6 ਘੰਟੇ ਤੁਸੀਂ ਡਿੱਗੀ 'ਚ ਰਹਿਣਾ ਹੈ, ਨਾ ਕੋਈ ਹਵਾ ਲੱਗਦੀ ਨਾ ਕੁਛ ਹੋਰ। ਲਾਲਾ ਇਤਨਾ ਕਰਾਇਆ ਕਿ ਸਾਕੂ ਤਾਂ ਸਿਰਫ 5 ਘੰਟੇ ਰੱਖਿਆ ਨੇ ਡਿੱਗੀ 'ਚ, ਜ਼ਿਆਦਾ ਕੋਈ ਨਾ ਰੱਖਿਆ। ਤੇ ਬਸ ਦੀ ਡਿੱਗੀ ਦਾ ਹਾਲ ਤੁਸੀਂ ਤਾਂ ਨਹੀਂ ਵੇਖਿਆ, ਤੁਸੀਂ ਤਾਂ ਬਿਮਾਰ ਹੋ ਗਏ ਤੋ ਭਾਜਨ। ਅਸੀਂ ਵੇਖਿਆ ਭਾਈ, ਬਸ ਦੀ ਡਿੱਗੀ ਤਕਰੀਬਨ, ਮੈਂ ਤੁਹਾਨੂੰ ਗਰੰਟੀ ਨਾਲ ਦੱਸਦਾ ਕਿ 6x6 ਦੀ ਡਿੱਗੀ ਸੀ ਅੰਦਰ। ਇੱਕ ਤਾਂ ਆਉਂਦੀ ਹੈ ਬਾਹਰ ਵਾਲੀ ਡਿੱਗੀ, ਠੀਕ ਹੈ ਜੀ, ਉਸ ਤੋਂ ਅੰਦਰ ਇਹਨਾਂ ਨੇ, ਇਰਾਨੀਆਂ ਨੇ ਇੱਕ ਦੂਜੇ ਦੋਨੋਂ ਸਾਈਡਾਂ ਦੀ ਡਿੱਗੀਆਂ ਦਰਮਿਆਨ ਵਿੱਚ, ਦਰਮਿਆਨ ਵਿੱਚ ਇੱਕ ਵੱਖਰੀ ਡਿੱਗੀ ਬਣਾਈ ਹੁੰਦੀ ਹੈ, ਜਿਹਨੂੰ ਬਾਹਰੋਂ ਕੋਈ ਦਰਵਾਜ਼ਾ ਨਹੀਂ ਹੁੰਦਾ, ਉਹਦੇ ਪੇਜ ਖੋਲ੍ਹ ਕੇ, ਠੀਕ ਹੈ, ਉਹਦੇ ਪੇਜ ਸ਼ੇਜ ਖੋਲ੍ਹ ਕੇ ਅਤੇ ਫਿਰ ਉਹ ਕਰਦੇ ਨੇ। ਨਾਲ ਨਾਲ ਮੈਂ ਤੁਹਾਨੂੰ ਤੁਰਕੀ ਵੀ ਖਾਣਾ ਚਾਹੁੰਦਾ ਹਾਂ ਅਤੇ ਨਾਲ ਨਾਲ ਸਾਡੀ ਗੱਲਾਂ ਵੀ ਸੁਣੋ। ਉਹਦੇ ਪੇਜ ਖੋਲ੍ਹ ਕੇ ਵਿੱਚ ਵਾੜ ਦਿੰਦੇ ਨੇ ਜਨਾਬ, 6x6 ਫੁੱਟ ਦੀ ਜਗ੍ਹਾ ਹੁੰਦੀ ਹੈ ਅਤੇ ਉਹਦੇ ਵਿੱਚ 8-9 ਮੁੰਡੇ ਵਾੜਦੇ ਨੇ, ਠੀਕ ਹੈ। ਕੋਈ ਜਗ੍ਹਾ ਨਹੀਂ ਹੁੰਦੀ, ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ, ਕੋਈ ਹਵਾ ਨਹੀਂ, ਕੋਈ ਰੋਸ਼ਨੀ ਨਹੀਂ, ਅਤੇ ਉਹ ਬੱਸਾਂ ਦਾ ਸਫ਼ਰ ਜਨਾਬ 12-12, 14-14 ਘੰਟੇ ਦਾ ਸਫ਼ਰ ਜੇ। ਉਸ ਤੋਂ ਬਾਅਦ ਤੁਹਾਨੂੰ ਪਹਾੜੀਆਂ ਨੇ, ਤਕਰੀਬਨ ਤੁਸੀਂ ਅੱਜ ਤੱਕ ਮੇਰੇ ਨਹੀਂ ਖਿਆਲ ਆਪਣੀ ਜ਼ਿੰਦਗੀ 'ਚ ਕਦੀ ਪਹਾੜੀਆਂ ਵੇਖੀਆਂ ਵੀ ਹੋਣਗੀਆਂ ਉਨੀਆਂ ਉੱਚੀਆਂ, ਉਹ ਪਹਾੜੀਆਂ ਜਨਾਬ ਚੜਾਉਂਦੇ ਨੇ ਤੁਹਾਨੂੰ, ਠੀਕ ਹੈ, ਅਤੇ ਕੋਈ ਪਾਣੀ ਨਹੀਂ, ਅਤੇ ਮਾਰਦੇ ਵੀ ਬਥੇਰਾ ਨੇ। ਗਲਤ ਲੈਂਗੁਏਜ ਨਾ ਇਸਤੇਮਾਲ ਕਰੋ ਤਾਂ ਅੱਗੇ ਸਾਡੇ ਭਰਾ ਆਪਣੇ ਘਰਾਂ 'ਚ ਵੀ ਵੀਡੀਓ ਦਿਖਾ ਸਕਣ, ਜਿਹੜੇ ਘਰ ਵਾਲੇ ਉਹਨਾਂ ਨੂੰ ਆਖਦੇ ਨੇ ਕਿ ਡੰਕੀ ਲਾਓ। ਅਵਲ ਤਾਂ ਘਰ ਵਾਲੇ ਨਹੀਂ ਆਖਦੇ, ਸਾਰੇ ਆਪੇ ਹੀ
कोशिश करके आंदे ने यूरोप देखने की, जिस तरह अभी तमन्ना सानू भी घर वाले बड़े बड़ा हो रहा है कि ना जाओ पुत्रों ना जाओ। तुर्की का की सीन है जी? तुर्की तुसी आंदे हो दोगो ब्याज तुहानू बिठा देंगे ने जिथे सोन की भी कोई जगह नहीं। ठीक है भाई, 75 बंदा होगा एक कमरे च, 75 ए जिनी है बनी हुई है जगह, इतना एक कमरा होंदा है ते जे 100-100 बंदा पाया होंदा उन्होंने, कोई रोटी नहीं देंदे जदों तक तुसी पेमेंट नहीं रखवानी पिछों लवानी अपना 1.5-1.5-2-2 जिन्ने तुसी एजेंटा नाल मुके हो, जदों तक तुसी नहीं लवानी तुहानू कोई भी अगे नहीं जान देगा। जे 2 दिन लेट हो गया, 2 दिन पेमेंट नहीं लगी तो तुहानू हर रोज़ फेंटा भी पेगा, चंगा फेंटा पेगा। राती सोना किवें जी? लत्तां टेढ़ियां करके एक दूजे दे लत्तां लत्तां फसा, ऐ तुहाडे सोन दा तरीका होना जी दोगो ब्याज दे विच। ठीक है कोई अच्छा ते पुछला पूरा ईरान दे सफर है, 10-12 दिन सानू लगे तुर्की आन ते ईरान दा बॉर्डर क्रॉस करके, ते असी यकीन कर लो सिर्फ 2 दफा सानू रोटी मिली, ओह भी मास नाल, मास किनू आंदे ने दही नू, ते वड्डी रोटी हुंदी है जनाब 2 दफा, एक एक रोटी दिंदे ने 5-5 हज़ार तुमन दी, ईरानी तुमन दी, ते एक रोटी होंदी है, पानी दी बोतल 10-10 हज़ार तुमन दी, एक एक पानी दी बोतल देंदे ने सानू। ठीक हो गया, दोगो ब्याज आंदे ने, दोगो ब्याज पेमेंट लवा के तुहानू बस भा देंदे ने इस्तांबुल आंदे ने, इस्तांबुलों अगे एजेंट जनाब खलोते होंदे ने तुहाडे शिकार वसे, शिकार वसे खलोते होंदे ने जनाब टर्मिनल तो तुहानू घर लियाण दा तुहानू नहीं पता होंदा, तुहानू कुछ भी नहीं पता होंदा कि टर्मिनल तो घर लियाण दे भी पैसे होने ने। तुसीं बड़े हसी खुशी जी असीं तुर्की अपड़ गए हां ते असी बस हुण आ गए हां ते असी सुखी हो गए हां, ते जिहड़ा टर्मिनल तू घर लियाउंदे ने ते दसदे ने भई पिछों $200-$200 लवाओ घर, क्यों लवाओ जी असी तुहानू टर्मिनल तू लै के आए हां, ते टर्मिनल तू लै के आउण दा किन्ना उन्हां दा किराया खर्चा होंदा जनाब? 2 लीरे, 1 लीरा 35 रुपए दा होंदा जे, 70 रुपया उन्हां दा किराया लगदा है टर्मिनल तू बंदा लियाउण दा इत्थे सुल्तान शिपली या कूचक बाजार या एमिनोनो जिहड़े इस्तांबुल दे मशहूर जगह ने जिथे बंदे ते एजेंटा दी सेफां ने। सेफां दा हाल की होंदा है मैं हुण तुहानू एक होर वीडियो चाढ़ांगे यूट्यूब ते भी ते फेसबुक ते, उहदे जनाब आलू या दाल पकी होंदी है ओह पानी दे डुबकी मार के हुण लभणी पैंदी, आलू पानी बथेरा होंदा है, प्याज विच तड़दे पे होंदे ने, प्याज भी नहीं गलदे। ठीक है ते जा सालन घट पै जाए ते उस साडे सामने 2 जग पानी दे कच्चा पानी पांदे ने बगैर चुल्हा बाले, इस तरह आलू लभणे पैंदे ने पैर शहर कुंज के। ठीक है 200-200 यूरो $ ਤੁਸੀਂ ਉੱਥੇ ਲਵਾਓਗੇ, ਫਿਰ ਕਹਿੰਦੇ ਨੇ ਜੀ ਤੁਹਾਨੂੰ ਕੰਮ ਲਵਾਉਂਦੇ ਆ ਜਨਾਬ 300-300 ਲੀਰਾ ਇੱਥੇ ਖਰਚਾ ਜੇ ਕੰਮ ਲਵਾਈ ਦਾ, ਅਤੇ ਕੀ ਕਹਿੰਦੇ ਆ ਕੰਮ ਜਿਹੜਾ ਹੈ ਉਹ ਤੁਹਾਨੂੰ ਪਤਾ ਨਹੀਂ, ਤੁਹਾਡੀ ਸੋਚ ਵੀ ਨਹੀਂ ਕਿ ਜਿੰਨਾ ਇੱਕ ਔਖਾ ਇੱਥੇ ਕੰਮ ਹੈ। ਤੁਰ ਕੇ 12-14 ਘੰਟੇ 10-14 ਘੰਟੇ ਕੰਮ ਕਰਾਉਂਦੇ ਨੇ, ਬਹਿਣ ਔਖਾ ਹੀ ਨਹੀਂ ਦਿੰਦੇ ਜਨਾਬ, ਤੁਸੀਂ ਬਹਿ ਨਹੀਂ ਸਕਦੇ ਉਹਨਾਂ ਦੇ ਕੰਮ ਦੇ ਵਿੱਚ। ਠੀਕ ਹੈ ਜੇ ਤੁਸੀਂ ਬਹਿ ਗਏ ਹੋ ਤਾਂ ਚਾਬੁਕ ਦੀ ਆਵਾਜ਼ ਆਏਗੀ ਤੇ ਤੁਹਾਨੂੰ ਫਿਰ ਉੱਠਣਾ ਪੈਣਾ ਹੈ, ਅਤੇ ਸਲੋ ਕੰਮ ਵੀ ਨਹੀਂ ਕਰਾਉਂਦੇ ਅਤੇ ਫਿਰ ਵੀ ਉਹਦਾ ਵੀ ਕੋਈ ਨਹੀਂ ਮਸਲਾ ਭਾਏ, ਉਹ ਕੰਮ ਵੀ ਅਸੀਂ ਕਰ ਲੈਂਦੇ ਹਾਂ ਸਾਰਾ ਕੁਝ, ਮਸਲਾ ਜਿਹੜਾ ਬਾਅਦ ਵਿੱਚ ਬਣਦਾ ਕਿ ਪੈਸੇ ਕੋਈ ਨਹੀਂ ਦਿੰਦੇ ਇਹਨਾਂ ਨੂੰ, ਪਤਾ ਅਸੀਂ ਇਲੀਗਲ ਹਾਂ, ਸਾਡੇ ਕੋਲ ਕੋਈ ਕਾਗਜ਼ਾਤ ਨਹੀਂ, ਅਸੀਂ ਕੁਛ ਵੀ ਨਹੀਂ ਕਰ ਸਕਦੇ, ਜਿਹਦੀ ਵਜ੍ਹਾ ਤੋਂ ਇਹ ਲੋਕ ਪੈਸੇ ਵੀ ਸਾਨੂੰ ਕੋਈ ਨਹੀਂ ਦਿੰਦੇ ਟਾਈਮ 'ਤੇ ਕੀ ਬਲਕਿ ਦਿੰਦੇ ਹੀ ਕੋਈ ਨਹੀਂ, ਸਿੱਧੀ ਗੱਲ ਹੈ। ਅਗਰ 200 ਲੀਰਾ 300 ਲੀਰਾ ਬਣਦਾ 30-40 ਲੀਰੇ ਦੇ ਕੇ ਹੱਥ ਥਮਾਉਂਦੇ ਨੇ ਤਾਂ ਚਲੋ ਜੀ, ਇੱਥੇ ਸੇਫਾਂ ਨੇ ਜੀ ਪਾਕਿਸਤਾਨੀਆਂ ਦੀ, ਇਹਨਾਂ ਚੰਗਾ ਕਾਰੋਬਾਰ ਬਣਾਇਆ, ਰਿਹਾਇਸ਼ ਲੈ ਕੇ ਮੁੰਡਿਆਂ ਕੋਲੋਂ ਕਿਰਾਇਆ ਲੈਂਦੇ ਨੇ, ਜਿਹੜਾ ਕਿਰਾਇਆ ਨਹੀਂ ਉਹਨੂੰ ਬਾਹਰ ਹੈ, ਹੁਣ ਅਸੀਂ ਬਾਹਰ ਵੇਖੋ ਇੱਥੇ ਜ਼ਲੀਲ ਹੁੰਦੇ ਪਏ ਹਾਂ, ਇੱਥੇ ਤੁਹਾਨੂੰ ਹੁਣ ਅਸੀਂ ਟੋਰ ਫੇਰ ਕੇ ਵਿਖਾ ਨਹੀਂ ਸਕਦੇ, ਇੱਥੇ ਸਾਰੇ ਪਾਕਿਸਤਾਨੀ ਅਸੀਂ ਜਿਹੜਾ ਬਾਹਰ ਗਲੀਆਂ 'ਚ ਵਿਚਾਰੇ ਪਏ ਹੁੰਦੇ ਨੇ, ਸਰਦੀ ਸ਼ੁਰੂ ਹੁੰਦੀ ਪਈ ਹੈ ਇੱਥੇ ਤਾਂ ਸੁਣੇ 2-2 ਫੁੱਟ ਬਰਫ਼ ਵੀ ਪੈਂਦੀ ਹੈ, ਅਤੇ ਸਾਨੂੰ ਨਹੀਂ ਪਤਾ ਹੁਣ ਬਰਫ਼ਾਂ 'ਚ ਅਸੀਂ ਕੀ ਕਰਨਾ, ਵਾਪਸ ਜਾਣ ਦਾ ਵੀ ਕੋਈ ਜੁਗਾੜ ਹੀ ਕੋਈ ਨਹੀਂ, ਵਾਪਸ ਵੀ ਕਹਿੰਦੇ ਨੇ ਜੀ ਵਾਪਸ ਉਸੇ ਤਰ੍ਹਾਂ ਈਰਾਨ ਦੇ ਜ਼ਰੂਰ ਜਾਣਾ ਹੈ। ਅੱਗੇ ਜਾਣ ਦਾ ਸੋਚਿਆ ਜੀ ਅਸੀਂ 6-6 ਲੱਖ ਜਮ੍ਹਾਂ ਕਰਾ ਕੇ ਬੈਠੇ ਹਾਂ ਭਾਈ, 4 ਮਹੀਨੇ ਹੋ ਗਏ ਨੇ, ਸ਼ਿਪ ਨਿਕਲਣਾ ਇਟਲੀ ਦਾ, ਅਤੇ ਹਰ ਰੋਜ਼ ਜਨਾਬ ਰੇਟ ਸ਼ੁਰੂ ਹੋਏ ਸਨ 3500 ਯੂਰੋ ਤੋਂ, ਰੇਟ ਸ਼ੁਰੂ ਹੋਇਆ ਸੀ ਸ਼ਿਪ ਦਾ, ਅਸੀਂ 3500 ਯੂਰੋ ਜਮ੍ਹਾਂ ਕਰਾਇਆ ਜਨਾਬ, 15 ਦਿਨ ਬਾਅਦ ਹੋ ਸਕੇ ਜੀ ਉਹ ਬੜੀ ਸਖਤੀ ਹੋ ਗਈ ਹੈ ਯੇ, ਅਤੇ 3700 ਯੂਰੋ ਸੀ ਉਹ, 3700 ਯੂਰੋ ਤੋਂ 4000 ਯੂਰੋ ਤੱਕ ਕੰਮ ਅਪੜਿਆ, 4000 ਤੋਂ 4500 ਯੂਰੋ ਹੁਣ ਅਸੀਂ ਕੱਲ੍ਹ ਰਾਤ ਸਾਡੇ ਏਜੰਟ ਆਖਿਆ ਜੀ ਭਾਈ ਜੀ ਕੱਲ੍ਹ ਤੁਹਾਨੂੰ ਕੱਢਾਂਗੇ, ਅਤੇ 4750 ਯੂਰੋ ਤੁਹਾਡਾ ਖਰਚਾ ਉਸੀ, ਅਤੇ ਜਿਹੜਾ ਸਾਡਾ ਦੂਸਰਾ ਛੋਟਾ ਏਜੰਟ ਹੈ ਉਸੀ 200 ਯੂਰੋ ਲੈਣਾ, ਮਤਲਬ 5000 ਯੂਰੋ 'ਚ ਅਸੀਂ ਇੱਥੋਂ ਇਟਲੀ ਜਾਵਾਂਗੇ, ਉਹਦੀ ਵੀ ਕੋਈ ਉਮੀਦ ਕੋਈ ਨਹੀਂ। ਕੱਲ੍ਹ ਪਰਸੋਂ 36 ਬੰਦੇ ਡੁੱਬੇ ਨੇ ਜਨਾਬ ਛੇਪੇ 'ਚੋਂ, ਬੋਟ 'ਚੋਂ, ਅਤੇ ਉਹਨਾਂ ਦੇ ਲਾਸ਼ਾਂ ਵੀ ਘਰ ਮੰਗਵਾਉਣ ਦੇ, ਤਕਰੀਬਨ ਜਿਹੜੇ ਪਿਛਲੇ ਬੰਦੇ ਡੁੱਬੇ ਸਨ ਉਹਨਾਂ ਦੇ 9-9 ਲੱਖ ਲੱਗਾ ਸੀ ਘਰ ਲਾਸ਼ ਮੰਗਵਾਉਣ ਦਾ, ਮਤਲਬ 9 ਲੱਖ ਭਰ ਕੇ ਉਹਨਾਂ ਦੀ ਵਿਚਾਰਿਆਂ ਦੀ ਲਾਸ਼ਾਂ ਘਰ ਗਈਆਂ ਸਨ, ਅਤੇ ਜਿਹੜੇ ਪਰਸ ਡੁੱਬੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਿੱਦਾਂ ਲਾਸ਼ਾਂ ਪੜਨਗੀਆਂ, ਮਹੀਨਾ ਲੱਗ ਜਾਂਦਾ ਲਾਸ਼ਾਂ ਜਾਣ 'ਤੇ।
ਤੇ ਪੈਸੇ ਖਰਚਾ ਵੱਖਰਾ ਹੁੰਦਾ ਤੇ ਅਸੀਂ ਯਕੀਨ ਕਰ ਲਓ ਅਸੀਂ ਮਸ਼ਵਰਾ ਦੇਵਾਂਗੇ ਭਾਈਆਂ ਨੂੰ ਭਾਈ ਅਗਰ ਬਾਹਰ ਯੂਰਪ ਜਾਣ ਦਾ ਬਹੁਤਾ ਹੀ ਸ਼ੌਕ ਹੈ ਭਾਈ ਉਹ ਇੰਤਜ਼ਾਰ ਕਰ ਲਓ ਵੀਜ਼ਾ ਲਵਾ ਲਓ ਡੰਕੀ ਨਾ ਮਾਰਿਓ ਠੀਕ ਹੈ ਡੰਕੀ ਨਾ ਮਾਰਿਓ ਡੰਕੀ 'ਚ ਬੜੇ ਜ਼ਲੀਲ ਰੋਲ ਅਸੀਂ ਨਾਲ ਆਪਣੇ ਲਾਸ਼ਾਂ ਵੀ ਵੇਖੀਆਂ ਜੇ ਸਾਡੇ ਨਾਲ ਅਸੀਂ 5 ਮੁੰਡੇ ਟੁਰੇ ਸਾਂ ਭਾਈਆਂ ਨੂੰ ਪਾਕਿਸਤਾਨ ਨੂੰ ਅਤੇ ਅਸੀਂ 4 ਅਪੜੇ ਹਾਂ ਇੱਕ ਬੰਦਾ ਸਾਡੇ ਨਾਲ ਰਾਹ 'ਚ ਫੋਤ ਹੋ ਗਿਆ ਸੀ ਉਹਦੀ ਵੀ ਲਾਸ਼ ਇਰਾਨ ਨੂੰ ਪਾਕਿਸਤਾਨ ਸਿੱਟੋ ਆਉਣ ਦਾ 6 ਲੱਖ ਰੁਪਇਆ ਲੱਗਾ ਉਹਨਾਂ ਦਾ ਅਤੇ ਕੋਈ ਮੈਂ ਤੁਹਾਨੂੰ ਭਾਈਆਂ ਵਾਲਾ ਮਸ਼ਵਰਾ ਦੇ ਰਿਹਾ ਕੋਈ ਵੀ ਨਾ ਆਵੇ ਕੋਈ ਵੀ ਨਾ ਆਵੇ ਟੰਕੀ ਦੇ ਥਰੂ ਕੋਈ ਵੀ ਨਾ ਆਵੇ ਬਾਹਰ ਖਾਸ ਹੋ ਜੇ ਹਾਂ ਅੱਗੇ ਜਾਣਾ ਉਹਦਾ ਵੀ ਤੁਹਾਨੂੰ ਕੋਈ ਨਹੀਂ ਪਤਾ ਪਿਛਲੇ ਸਾਲ ਬਾਰਡਰ ਖੁੱਲ੍ਹੇ ਸਨ ਲੋਕ ਚਲੇ ਗਏ ਹੁਣ ਬੜੀ ਸਖਤੀ 'ਚ ਸਾਨੂੰ ਹੁਣ ਕੱਲ੍ਹ ਏਜੰਟ ਆਖਿਆ ਸਾਨੂੰ ਕੋਈ ਉਮੀਦ ਨਹੀਂ ਕੱਲ੍ਹ ਦੀ ਪਾਕਿਸਤਾਨ ਅੰਬੈਸੀ 'ਚ ਗਏ ਹਾਂ ਸਾਨੂੰ ਵਾਪਸ ਸਿੱਟੋ ਉਹਨਾਂ ਆਖਿਆ ਜੀ ਆਈ ਡੀ ਕਾਰਡ ਲਿਆਓ ਤਾਂ ਮਹੀਨਾ ਲੱਗ ਸੀ ਅਤੇ ਆਪਣੀ ਟਿਕਟ ਕਰਾ ਕੇ ਜਾ ਸੋ ਤਾਂ ਯੇ ਅਤੇ ਵੋ ਅਤੇ ਉਹਦਾ ਵੀ ਕੋਈ ਸਮਝ ਨਹੀਂ ਲੱਗਦਾ ਪਿਆ ਅਸੀਂ ਆ ਫਸੇ ਹੋਏ ਇੱਥੇ ਘਰ ਵਾਲੇ ਵੱਖਰੇ ਪਰੇਸ਼ਾਨ ਨੇ ਪਿੱਛੇ ਮਾਂ ਪਿਓ ਬਿਮਾਰ ਹੋਏ ਪਏ ਨੇ ਕਿ ਸਾਡੇ ਮੁੰਡੇ ਫਸੇ ਹੋਏ ਨੇ ਅਤੇ ਯੂਰਪ ਚੱਲੇ ਸਨ ਅਤੇ ਯੇ ਅਤੇ ਵੋ ਰਿਸ਼ਤੇਦਾਰ ਵੱਖਰੇ ਗੱਲਾਂ ਕਰਦੇ ਨੇ ਕਿ ਜੀ ਤੁਹਾਡਾ ਛੋਰ ਯੂਰਪ ਮਰ ਜਾਓ ਤਾਂ ਵੀ ਰਿਸ਼ਤੇਦਾਰ ਗੱਲਾਂ ਕਰਦੇ ਨੇ ਵਾਪਸ ਚਲੇ ਜਾਓ ਤਾਂ ਵੀ ਰਿਸ਼ਤੇਦਾਰ ਗੱਲਾਂ ਕਰਦੇ ਨੇ ਹਾਂ ਇਹ ਵੀ ਇੱਥੇ ਬੜੀ ਗੱਲ ਸੁਣੀ ਹੈ ਖੈਰ ਬਾਕੀ ਭੈਣ ਇਨਸ਼ਾਅੱਲਾ ਅਸੀਂ ਅਗਲੀ ਵੀਡੀਓਜ਼ ਵੀ ਤੁਹਾਨੂੰ ਅਪਲੋਡ ਕਰਾਂਗੇ ਯੂਟਿਊਬ 'ਤੇ ਸਰਚ ਕਰ ਲਓ ਅਗਲੀ ਡੰਕੀਆਂ ਦੇ ਹਾਲ ਵੀ ਵੇਖ ਲਓ ਜਿਹੜੇ ਬੰਦੇ ਈਰਾਨ 'ਚ ਡੰਕੀ ਮਾਰ ਕੇ ਆਉਂਦੇ ਨੇ ਅਤੇ ਅੱਗੇ ਦੀ ਜੇ ਡੰਕੀਆਂ ਜਿਹੜੀਆਂ ਹੈ ਨੇ ਉਹਦੇ ਵਿੱਚ ਵੇਖ ਲਓ ਅਤੇ ਭੈਣ ਮਸ਼ਵਰਾ ਇਹੀ ਹੈ ਕਿ ਕੋਈ ਵੀ ਨਾ ਆਵੇ